Oh.
piano. ਅਨੇਕਾਂ ਚਾਅ ਹੁੰਦੇ ਨੇ, ਹਰ ਇੱਕ ਦਾ ਆਪੋ ਆਪਣਾ ਚਾਅ ਹੈ। ਚਾਅ ਦਾ ਮਤਲਬ ਹੈ ਪਸੰਦ ਜਾਂ ਮਨ ਦੀ ਇੱਛਾ। ਤੇ ਸਾਡੇ ਸੰਸਾਰੀ ਲੋਕਾਂ ਦੀਆਂ ਇੱਛਾਵਾਂ ਬੜੀਆਂ ਲੰਮੀਆਂ ਨੇ। ਕੁਰਬਾਨੀ ਕਰਨ ਵਾਲੀ ਹੈ ਜਿਹੜੀ ਕੌਮ ਸ਼ਹਾਦ
ਉਹ ਬੜੀ ਥੋੜੀ ਜਿਹੀ ਗਿਣਤੀ ਦੇ ਅੰਦਰ ਹੀ ਹੁੰਦੀ ਹੈ। ਗਿਣਤੀ ਨਹੀਂ ਵੇਖੀ ਜਾਂਦੀ, ਸੂਰਬੀਰਾਂ ਦੀ ਗਿਣਤੀ ਨਹੀਂ ਵੇਖੀ ਜਾਂਦੀ। ਈਸਾਈ ਧਰਮ ਦਾ ਇੱਕੋ ਹੀ ਜੀਸਸ ਹੈ, ਸੂਰਬੀਰ ਸ਼ਹੀਦ ਹੋਇਆ, ਉਸਦੀ ਗਿਣਤੀ ਨੂੰ ਨਹੀਂ ਵੇਖਿਆ, ਉਸਦਾ ਫੈਲਾਅ ਇੰਨਾ ਕਰ ਦਿੱਤਾ ਕਿ ਸਾਡੀ ਕੌਮ ਦੇ ਅੰਦਰ ਤਾਂ ਪੈਰ ਪੈਰ ਤੇ ਸ਼ਹੀਦ ਹੈ। ਸਾਹਿਬਜ਼ਾਦਿਆਂ ਦੇ ਕੋਲ ਜਿਹਨਾਂ ਨੇ ਸਿੱਖਿਆ ਲੈ ਲਈ, ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਇਤਿਹਾਸ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ, ਉਹਨਾਂ ਦਾ ਜੀਵਨ ਜਿਹੜਾ ਹੈ ਚੜ੍ਹਦੀ ਕਲਾ ਵਾਲਾ ਹੋ ਗਿਆ। ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦਾ ਜੀਵਨ ਚਲਾ ਗਿਆ। ਆਓ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਉਪਮਾ ਦੇ ਨਾਲ ਜੁੜੀਏ। ਕਬੀਰ ਸਾਹਿਬ ਕਹਿੰਦੇ, ਅਬ ਕੈਸੇ ਮਰੋ, ਮਰਨ ਦਾ ਸਵਾਲ ਖੜਾ ਹੋ ਗਿਆ। ਅਬ ਕੈਸੇ ਮਰੋ, ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ। ਜਿਹਨਾਂ ਨੇ ਪਰਮਾਤਮਾ ਨੂੰ ਨਹੀਂ ਜਾਣਿਆ ਉਹ ਰੋਜ਼ਾਨਾ ਮੌਤਾਂ ਹੋ ਰਹੀਆਂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਅੰਦਰ। ਮੈਂ ਮਰਨਾ ਚਾਹੁੰਦਾ ਪਰ ਕੈਸੇ ਮਰਾਂ, ਅਬ ਕੈਸੇ ਮਰੋ। ਫਿਰ ਅੱਗੋਂ ਸਵਾਲ ਦਾ ਜਵਾਬ ਮਿਲਿਆ, ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਮਰ, ਗੁਰੂ ਕੇ ਸਾਹਮਣੇ ਮਰ। ਮਾਤਾ ਕੋਈ ਇਹ ਨਾ ਪੁੱਛ ਲੇ ਕੌਣ ਹੈ ਇੱਥੇ ਡਿੱਗਿਆ ਹੋਇਆ, ਕੌਣ ਮਰੋ ਤਾਂ ਹਰ ਕੇ ਦੁਆਰ, ਮਾਤਾ ਪਿੱਛੇ ਕੌਣ ਹੈ ਪਰ ਹਮਾਰੇ ਬਾਰ।